तो लिखाया की उत्ते मिठी मिठी देखी रेड बुल चार का दी चार परोठे आलू वाले ओयो किन्ने कुत्ते ओके ओके मैं तेरा लाने का ना ਬਾਥਰੋ ਸਿਮ ਪਤਾ ਨਹੀਂ ਕਿੱਥੇ ਡਿੱਗੀ ਆ ਮੈਨੂੰ ਲੱਗਾ ਸ਼ਰ ਗੱਡੀ 'ਚ ਗੱਡੀ ਜਾ ਕੇ ਲੱਭੀ ਆ ਗੱਡੀ 'ਚ ਹੈ ਨਹੀਂ ਆ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਸੋ ਅੱਜ ਜੀ ਬਹੁਤ ਹੀ ਜ਼ਿਆਦਾ ਦੋ ਤਿੰਨ ਜ਼ਰੂਰੀ ਕੰਮ ਇੱਕ ਤਾਂ ਯਾਰ ਮੈਂ ਆਪਣੇ ਨਾ ਸਿਮ ਦਾ ਕੰਮ ਕਰਾਉਣਾ ਵਾ ਕਿਉਂਕਿ ਯਾਰ ਮੇਰੇ ਸਿਮ ਦੇ ਨੈਟਵਰਕ ਬੜੇ ਖਰਾਬ ਹੋ ਰਹੇ ਆ ਜਦੋਂ ਆਪਾਂ ਲਾਸਟ ਵਾਰ ਸਥਿਤੀ ਗਏ ਸੀ ਉੱਥੇ ਵੀ ਯਾਰ ਨੈਟਵਰਕ ਬੇੜਾ ਹੀ ਗਰਕ ਨਾ ਕਾਲਿੰਗ ਨਾ ਨੈਟਵਰਕ ਤੇ ਜਦੋਂ ਮੈਂ ਆਸਟ੍ਰੇਲੀਆ ਗਿਆ ਸੀ ਉਦੋਂ ਯਾਰ ਡਾਟਾ ਰੋਮਿੰਗ ਸੋਰੀ ਇੰਟਰਨੈਸ਼ਨਲ ਰੋਮਿੰਗ ਪੈਕ ਪਾਇਆ ਸੀ ਤੇ ਉਹਦੇ ਵਿੱਚ ਇੰਟਰਨੈਟ ਹੈਗਾ ਸੀ ਬਟ ਇੰਟਰਨੈਟ ਚੱਲਦਾ ਨਹੀਂ ਸਿਰਫ ਕਾਲਿੰਗ ਤੇ ਮੈਸੇਜ ਆਉਂਦੇ ਸੀ ਸੋ ਅੱਜ ਆਪਾਂ ਸਾਰਾ ਉਹ ਕੰਮ ਨਿਬੇੜਨਾ ਵਾ ਤੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਕਿ ਆਈਪੀਐਲ ਚੱਲ ਰਿਹਾ ਯਾਰ ਆਈਪੀਐਲ ਦੀ ਟਰੋਫੀ ਕੋਈ ਵੀ ਜਿੱਤੇ ਪਰ ਤੁਸੀਂ ਘਰ ਬੈਠੇ ਬੈਠੇ ਜੇ ਸਕਦੇ ਇੱਕ ਬ੍ਰੈਂਡ ਨਿਊ ਐਸਯੂਵੀ ਕਾਰ ਉਹ ਕਿਵੇਂ ਇਹ ਜਾਣਨ ਲਈ ਵਲੌਗ ਨੂੰ ਲਾਸਟ ਜ਼ਰੂਰ ਦੇਖਿਓ ਤੇ ਚਲੋ ਹੁਣ ਚੱਲਦੇ ਆ ਅੱਜ ਵਲੌਗ ਬਹੁਤ ਹੀ ਲੇਟ ਸ਼ੁਰੂ ਹੋ ਰਿਹਾ ਸ਼ਾਮ ਦੇ 5:30 ਵੱਜ ਗਏ ਆ ਯਾਰ ਜਿਹੜੀ ਮੇਰੀ ਮੇਨ ਸਿਮ ਆ ਇੱਕ ਤਾਂ ਉਹਦਾ ਬਿੱਲ ਬੜਾ ਆਉਂਦਾ ਜੇ ਦੂਜਾ ਉਹਦੇ ਨੈਟਵਰਕ ਨਹੀਂ ਆਉਂਦੇ ਤੇ ਮੈਨੂੰ ਚਾਹੀਦਾ ਵਾ 5G ਹੁਣ 5G ਆਇਆ ਵਾ ਸਿਰਫ ਏਅਰਟੈਲ ਤੇ ਜੀਓ 'ਚ ਜਿਹੜੀ ਮੇਰੀ ਏਅਰਟੈਲ ਸਿਮ ਆ ਉਹ ਤਾਂ ਯਾਰ ਬੇੜਾ ਗਰਕ ਹੋਇਆ ਪਿਆ ਉਹਦੇ ਨਾਲ ਨੈਟਵਰਕ ਹੁੰਦੇ ਆ ਬਿੱਲ ਇੰਨਾ ਕੁ ਜ਼ਿਆਦਾ ਆਉਂਦਾ ਵਾ ਨਾ ਤਾਂ ਕਰਕੇ ਫਿਰ ਉਹ ਨਾਲੇ ਉਹ ਹੈ ਵੀ ਪੋਸਟ ਪੇਡ ਆ ਪ੍ਰੀ ਪੇਡ ਨਹੀਂ ਆ ਤੇ ਹੁਣ ਉਹਨੂੰ ਪਹਿਲਾਂ ਪ੍ਰੀ ਪੇਡ ਕਰਾਉਣਾ ਵਾ ਫਿਰ ਪੋਰਟ ਕਰਾਉਣਾ ਵਾ ਜੀਓ 'ਚ ਕਿਉਂਕਿ ਯਾਰ ਜੀਓ ਪਹਾੜਾਂ ਪੁਹਾੜਾਂ 'ਚ ਹਰ ਜਗ੍ਹਾ ਚੱਲਦਾ ਵਾ ਸਪੀਤੀ ਇਹੀ ਆਪਾਂ ਉਹ ਵਰਲਡਸ ਹਾਈਐਸਟ ਵਿਲੇਜ ਦੁਨੀਆ ਦੇ ਸਭ ਤੋਂ ਉੱਚੇ ਵਿਲੇਜ 'ਤੇ ਵੀ ਜੀਓ ਦਾ ਨੈਟਵਰਕ ਹੁੰਦਾ ਸੀ ਉਹਨਾਂ ਦਾ BSNL ਟਾਈਅਪ ਆ ਹੁਣ ਹਾਲਵੇਅਰ ਜਾਣਾ ਵਾ ਤੇ ਹਾਲਵੇਅਰ ਗੱਡੀ ਲੈ ਕੇ ਤਾਂ ਜਾ ਨਹੀਂ ਸਕਦੇ ਤੁਹਾਨੂੰ ਪਤਾ ਹੀ ਉੱਥੇ ਯਾਰ ਪਾਰਕਿੰਗ ਦਾ ਬੜਾ ਇਸ਼ੂ ਆ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਵਾ ਹੁਣ ਮੈਂ ਜਾ ਰਿਹਾ ਹਰਸ਼ ਵੱਲ ਬਾਈਕ 'ਤੇ ਚੱਲਦੇ ਹਾਂ ਗੱਡੀ ਪਾਰਕ ਕਰਦੇ ਹਾਂ ਅਤੇ ਬਾਈਕ 'ਤੇ ਨਿਕਲਦੇ ਹਾਲਵੇਅਰ ਵੱਲ ਨੂੰ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਐਮ ਸਨੈਡੋ ਸਵੇਰ ਦੇ ਘਰ ਬੈਠੇ ਸੀ ਯਾਰ ਮੈਂ SMS ਕਰਕੇ ਪੋਰਟ ਦਾ ਉਹ ਇੱਕ ਆਉਂਦਾ ਨਾ ਕੋਡ ਜਿਹਾ ਉਹ ਲੈ ਰਿਹਾ ਸੀ ਉਹ ਕਹਿੰਦੇ ਪਹਿਲਾਂ ਤੁਹਾਨੂੰ ਆਪਣੀ ਜਿਹੜੀ ਪੋਸਟ ਪੇਡ ਆ ਉਹ ਪ੍ਰੀ ਪੇਡ ਕਰਾਓ ਫਿਰ ਜਾ ਕੇ ਤੁਸੀਂ ਪੋਰਟ ਕਰਾਓ ਮੈਂ ਕਿਹਾ ਠੀਕ ਹੈ ਜੀ ਅਤੇ ਨੰਬਰ ਵੀ ਬਹੁਤ ਜ਼ਰੂਰੀ ਹੈ ਯਾਰ ਸੋ ਤਾਂ ਕਰਕੇ ਮੈਂ ਕਿਹਾ ਚਲੋ ਕਰਾ ਹੀ ਛੱਡੀਏ ਆਸਟ੍ਰੇਲੀਆ ਵੀ ਇਹੀ ਸਿਮ ਮੇਰੀ ਚੱਲੀ ਸੀ ਉਦੋਂ ਮੈਂ 6000 ਦਾ ਰੋਮਿੰਗ ਪੈਕ ਨਹੀਂ ਇੰਟਰਨੈਸ਼ਨਲ ਰੋਮਿੰਗ ਹਾਂ ਇੰਟਰਨੈਸ਼ਨਲ ਰੋਮਿੰਗ ਪੈਕ ਪਾਇਆ ਸੀ 3 ਮਹੀਨੇ ਵਾਸਤੇ ਤਾਂ ਕਰਕੇ ਇੰਡੀਆ ਵਾਲਾ ਨੰਬਰ ਮੇਰਾ ਆਸਟ੍ਰੇਲੀਆ ਵੀ ਚੱਲਦਾ ਸੀ ਚਲੋ ਜੀ ਗੱਡੀ ਹੋ ਗਈ ਜੀ ਪਾਰਕ ਹੁਣ ਚੱਲਦੇ ਹਾਲਵੇਅਰ ਨਾਲੇ ਕੁਛ ਖਾ ਪੀ ਗਏ ਯਾਰ ਭੁੱਖ ਲੱਗੀ ਸੀ ਅਤੇ ਮੈਂ ਪਹਿਲਾਂ ਰੋਕ ਕੇ ਕਿਤੇ ਖਾਣ ਲੱਗਿਆ ਸੀ ਪਰ ਇਹ ਹੁੰਦਾ ਨਾ ਯਾਰ ਇਕੱਲਾ ਬੰਦਾ ਕਿੱਥੇ ਰੋਕ ਕੇ ਖਾਵੇ ਨਾਲ ਯਾਰ ਦੋਸਤ ਹੋਵੇ ਤਾਂ ਫਿਰ ਬੰਦੇ ਨੂੰ ਮਜ਼ਾ ਆਉਂਦਾ ਵਾ ਖਾਣ ਪੀਣ 'ਚ ਹੁਣ ਚੱਲਦੇ ਨਾਲ ਕੁਛ ਖਾ ਪੀ ਗਏ ਹੁੰਦੇ ਹਾਂ ਇੰਨਾ ਤਾਂ ਨਹੀਂ ਨਾ ਮਜ਼ਾਕ ਕਰ ਰਹੇ ਨਾ ਤਾਂ ਨਾ ਜੇ ਗਰਮੀ 'ਚ ਵੀ ਇੱਦਾਂ ਨਹਾਉਣਾ ਸਕਿਪ ਕਰਦੇ ਰਹੇ ਫਿਰ ਤਾਂ ਸਰ ਗਿਆ ਗੱਡੀ ਵਾਸ਼ ਕਰਾਉਣ ਵਾਲੀ ਹੋਈ ਯਾਰ ਆ ਦੇਖੋ ਕਿੰਨੀ ਗੰਦੀ ਹੋ ਗਈ ਕਰਾ ਕੇ ਲਿਆਉਂਦੇ ਇਹਨੂੰ ਵਾਸ਼ ਸਰਤਾਜ ਫੈਨ ਵੀਰ ਵੀਰਾ ਗੋਰੇ ਗੋਰੇ ਪਰ ਇਹਨਾਂ ਦੇ ਵੀ ਵੱਜਣੀਆਂ ਚਾਹੀਦੀਆਂ ਅਸੀਂ ਜਿੱਥੇ ਜਾਈਏ ਉੱਥੇ ਟ੍ਰੈਫਿਕ ਨਾ ਲੱਗੇ ਏਦਾਂ ਹੋ ਹੀ ਨਹੀਂ ਸਕਦਾ ਹੁਣ ਪਹੁੰਚ ਵਾਲਾ ਇੱਥੇ ਹੀ ਆ ਨਾ ਜਿਹੜਾ ਆ ਰਿਹਾ ਇਹ ਬਹੁਤ ਹੀ ਮਸ਼ਹੂਰ ਲੱਸੀ ਵਾਲਾ ਵਾ ਨਾ ਜਾ ਕਦੀ ਵੀ ਤਾਂ ਨਾ ਦੇਖ ਲਓ ਇਹ ਲੱਸੀ ਦਾ ਬਹੁਤ ਸਵਾਦ ਸਾਨੂੰ ਐਗਜ਼ੈਕਟ ਨਹੀਂ ਪਤਾ ਕਿ ਏਅਰਟੈਲ ਆਫਿਸ ਕਿੱਥੇ ਆ ਇੱਥੋਂ ਵੇਖਦੇ ਜਾਂਦੇ ਆ ਉਹ ਆਪਾਂ ਜਲੰਧਰ ਜਾਣਾ ਇੱਕ ਪਾਰਟੀ ਤੇ ਮੈਂ ਨਹੀਂ ਤੇਨਾਂ ਦਾ ਭਰਾ ਤੇਰੇ ਪਾਪ ਜੀ ਇਹ ਰੋਕੇ ਕਮੈਂਟ ਏਅਰਟੈਲ ਆਫਿਸ ਦਾ ਕੰਮ ਹੋ ਗਿਆ ਵਾ ਹੁਣ ਚੱਲੇ ਆਪਾਂ ਉਹ ਸਾਹਮਣੇ ਆਏ ਜੀ ਆਪਾਂ ਚਾਟ ਖਾਣ ਵਾਸਤੇ ਪਹਿਲਾਂ ਗੋਲਗੱਪੇ ਸੋਚੇ ਸੀ ਪਰ ਚਾਟ ਖਾਂਦੇ ਆ
ਬੜੀ ਸਵਾਦ ਹੈ ਯਾਰ। ਤੁਹਾਨੂੰ ਦੇਖਣ ਜਾ ਐਵੇਂ ਲੱਗ ਰਹੀ ਹੋਣੀ ਆ ਪਰ ਬੜੀ ਬੜੀ ਸਵਾਦ ਹੈ। ਡੋਨ ਭਾਈ ਨੇ ਕਹਿਣਾ ਕਿੱਥੇ ਭੱਜ ਗਏ। ਆਹ ਦੇਖ ਲਓ ਕੈਸ਼ ਨਾ ਰੱਖਣ ਦਾ ਨਤੀਜਾ, ਆਪਾਂ ਇੱਥੇ ਬੇਕਰੀ ਦਾ ਹੀ ਪੈਟੀ ਖਾਣ ਵਾਸਤੇ, ਪਰ ਇੱਥੇ ਸਿਰਫ ਕੈਸ਼ ਚੱਲਦਾ ਵਾ ਗੂਗਲ ਪੇ ਨਹੀਂ। ਹੁਣ ਕੀ ਕਰ ਸਕਦੇ ਹਾਂ। ਅਤੇ ਅੱਜ ਯਾਰ ਬੜੇ ਦਿਨਾਂ ਬਾਅਦ ਸਪੋਰਟਸ ਬਾਈਕ ਚਲਾ ਗਏ, ਮਜ਼ਾ ਹੀ ਆ ਗਿਆ ਜੀ। ਨਹੀਂ ਰਹਿਣ ਦੇ ਯਾਰ ਤੂੰ ਜਾਣ ਦੇ, ਸੋਰੀ ਮੇਰਾ ਵੀ ਇੱਧਰ ਜਾਣ ਦੇ, ਫਿਰ ਉੱਧਰ ਜਾਣ ਨਾ ਕਰੀ ਐਵੇਂ ਚਲੋ ਗਾਈਸ ਹੁਣ ਗੱਲ ਕਰਦੇ ਤੁਸੀਂ ਕਿਵੇਂ ਜਿੱਤ ਸਕਦੇ ਇੱਕ ਬ੍ਰੈਂਡ ਨਿਊ ਐਸਯੂਵੀ ਕਾਰ। 8 ਅਪ੍ਰੈਲ ਨੂੰ ਇੰਡੀਆ T20 ਲੀਗ ਦਾ ਮੈਚ ਹੈ ਜੀ, ਮੁੰਬਈ ਵਰਸਿਸ ਚੇਨਈ ਐਂਡ ਰਾਜਸਥਾਨ ਵਰਸਿਸ ਦਿੱਲੀ ਦਾ। ਬਟ ਉਸ ਤੋਂ ਪਹਿਲਾਂ ਡਿਸਕ੍ਰਿਪਸ਼ਨ ਦਿੱਤੇ ਹੋਏ ਲਿੰਕ ਤੋਂ ਮਾਈ 11 ਸਰਕਲ ਐਪ ਡਾਊਨਲੋਡ ਕਰਕੇ ਟੀਮ ਬਣਾ ਲਓ। ਇਸ ਐਪ ਦੇ ਵਿੱਚ ਬਾਕੀ ਐਪ ਦੇ ਕੰਪੈਰੀਜ਼ਨ ਕੰਪੀਟੀਸ਼ਨ ਘੱਟ ਆ ਅਤੇ ਜਿੱਤਣ ਦੇ ਚਾਂਸਿਸ ਵੱਧ ਆ। ਡਿਲਾਈਟ ਕੋਂਟੈਸਟ ਜੁਆਇਨ ਕਰੋ ਅਤੇ ਫਸਟ ਪ੍ਰਾਈਜ਼ ਵਿੱਚ ਜਿੱਤੋ ਜੀ ਇੱਕ ਚਮ ਚਮਾਉਂਦੀ ਬ੍ਰੈਂਡ ਨਿਊ ਐਸਯੂਵੀ ਕਾਰ। ਟੂਰਨਾਮੈਂਟ ਵਿੱਚ ਹਰ ਮੈਚ ਵਿੱਚ ਮੈਗਾ ਕੋਂਟੈਸਟ ਜੁਆਇਨ ਕਰੋ, ਜਿੱਤੋ ਸੈਕਿੰਡ ਪ੍ਰਾਈਜ਼ 1 ਕਰੋੜ। ਹੁਣ ਸੈਕਿੰਡ ਪ੍ਰਾਈਜ਼ ਇੰਨਾ ਵੱਡਾ ਵਾ ਅਤੇ ਫਸਟ ਪ੍ਰਾਈਜ਼ ਕਿੰਨਾ ਵੱਡਾ ਹੋਊਗਾ। ਅਤੇ ਗਾਇਸ ਡਿਸਕ੍ਰਿਪਸ਼ਨ ਦਿੱਤੇ ਹੋਏ ਲਿੰਕ ਤੋਂ ਮਾਈ 11 ਸਰਕਲ ਐਪ ਡਾਊਨਲੋਡ ਕਰੋ ਅਤੇ ਮੇਰਾ ਕੂਪਨ ਕੋਡ ਯੂਜ਼ ਕਰੋ BIR23 ਅਤੇ ਤੁਹਾਨੂੰ ਮਿਲੂਗਾ ਜੀ ਤੁਹਾਡੇ ਫਸਟ ਡਿਪੋਜ਼ਿਟ 'ਤੇ 20% ਐਕਸਟਰਾ ਕੈਸ਼ ਅਤੇ ਨਾਲ ਦੀ ਨਾਲ 1500 ਦਾ ਬੋਨਸ ਕੈਸ਼। ਸੋ ਗਾਇਸ ਫਟਾਫਟ ਜਾਓ ਮਾਈ 11 ਸਰਕਲ ਐਪ ਡਾਊਨਲੋਡ ਕਰੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜੂਗਾ। ਮੁੰਬਈ ਵਰਸਿਸ ਚੇਨਈ ਐਂਡ ਰਾਜਸਥਾਨ ਵਰਸਿਸ ਦਿੱਲੀ ਮੈਚ ਲਈ ਟੀਮ ਬਣਾ ਲਓ। ਹੁਣ ਮੈਂ ਚੱਲਾਂ ਵਾਂ ਜੀ ਦੁਬਾਰਾ ਤੋਂ ਹਾਲ ਬਿਆਰ, ਜਿਹੜੀ ਕੱਲ੍ਹ ਨਵੀਂ ਸਿਮ ਬਾਏ ਕਰਕੇ ਲੈਂਦੀ ਸੀ ਉਹ ਯਾਰ ਹੁਣਾਂ ਨੇ ਗਵਾਲੀ ਹੋਈ ਆ। ਪਤਾ ਨਹੀਂ ਯਾਰ ਰਸਤੇ ਕਿੱਥੇ ਡਿੱਗੀ, ਇੱਕ ਦੋ ਵਾਰੀ ਡਿੱਗੀ ਆ। ਕੱਲ੍ਹ ਰਾਤ ਆਪਾਂ ਐਕਟਿਵੇ ਘੁੰਮ ਰਹੇ ਸੀ, ਜਸ ਹਰਸ਼ ਅਤੇ ਮੈਂ ਸੀ, ਇੱਕ ਵਾਰੀ ਜੇਬ 'ਚ ਫੋਨ ਕੱਢਦੇ ਡਿੱਗੀ ਸੀ ਯਾਰ। ਬਾਅਦ ਵਿੱਚ ਘਰ ਆ ਕੇ ਦੇਖਿਆ ਯਾਰ ਸਿਮ ਹੈ ਹੀ ਨਹੀਂ ਆ। ਹੁਣ ਜਾ ਰਿਹਾ ਮੈਂ ਦੁਬਾਰਾ ਹਾਲ ਬਿਆਰ ਯਾਰ, ਜਾ ਕੇ ਸਿਮ ਲੈ ਕੇ ਆਉਂਦੇ ਹਾਂ ਕਿਉਂਕਿ ਕੱਲ੍ਹ ਉਹ ਸਟਾਰਟ ਹੋ ਜਾਣੀ ਆ, ਇਹ ਵਾਲੀ ਈ ਸਿਮ ਬੰਦ ਹੋ ਜਾਣੀ ਆ ਅਤੇ ਉਹ ਸਟਾਰਟ ਹੋ ਜਾਣੀ ਆ। ਮੈਂ ਕਿਹਾ ਕਿ ਪੰਗਣ ਕਿਹਦੇ ਹੱਥ ਨਾਲ ਲੱਗ ਗਈ ਹੋਵੇ ਯਾਰ, ਤਾਂ ਕਰਕੇ ਉੱਧਰ ਜਾ ਰਿਹਾ ਵਾਂ ਅਤੇ ਸ਼ਾਮ ਨੂੰ ਫਿਰ ਜਾਣਾ ਮੈਂ ਪਾਰਟੀ 'ਤੇ ਕਿਉਂਕਿ ਅੱਜ ਹੈਗਾ ਜਸ ਦਾ ਬਰਥਡੇ। ਸੋ ਅੱਜ ਪਾਰਟੀ ਸ਼ਾਰਟੀ ਖਾਵਾਂਗੇ। ਪਾਰਟੀ 'ਤੇ ਯਾਰ ਇੱਕ ਬਹਾਨਾ ਹੀ ਹੁੰਦਾ ਵਾ, ਸਾਰੇ ਯਾਰ ਦੋਸਤ ਇਕੱਠੇ ਹੁੰਦੇ ਆ, ਗੱਲਾਂ ਬਾਤਾਂ ਕਰਦੇ, ਖਾਣ ਪੀਣ ਅੱਜ ਕੱਲ੍ਹ ਯਾਰ ਜ਼ਿਆਦਾ ਦਿਲ ਨਹੀਂ ਕਰਦਾ, ਬਟ ਫਿਰ ਵੀ ਖਾਵਾਂਗੇ ਅੱਜ ਤਾਂ ਜੀ ਭਰ ਕੇ ਖਾਣਾ ਕਿਉਂਕਿ ਜਸ ਕੋ ਪੁਰਾਣੇ ਬਦਲੇ ਲੈਣੇ ਸਾਡੇ ਵਾਰੀ ਹੈ। ਬਹੁਤ ਮਹਿੰਗੀ ਮਹਿੰਗੀ ਚੀਜ਼ ਔਡਰ ਕਰਦਾ ਸੀ ਅਤੇ ਅੱਜ ਅਸੀਂ ਜਾ ਕੇ ਪੂਰੀ ਹੱਥ ਚੁੱਕਣੀ ਆ। ਉਹ ਪੰਗਾ ਪੈ ਗਿਆ ਯਾਰ, ਜਿਹੜੀ ਕੱਲ੍ਹ ਸਿਮ ਨਹੀਂ ਸੀ ਉਹ ਫਿਰ ਕਿਤੇ ਗਵਾਚ ਗਈ ਉਹ। ਸੱਚੀ ਯਾਰ ਉਹ ਘਰ ਆ ਕੇ ਮੈਂ ਵੇਖਿਆ ਹੈ ਨਹੀਂ ਯਾਰ, ਉਹ ਆਪਾਂ ਉਹਦੇ ਕੋਲ ਜਾਣਾ ਹੀ, ਆਪਾਂ ਉੱਥੇ ਸਟੋਰ ਹੋ ਗਿਆ ਹੋਣਾ ਯਾਰ ਉਹ ਸਿਮ, ਪਤਾ ਨਹੀਂ ਕਿੱਥੇ ਡਿੱਗੀ ਆ। ਮੈਨੂੰ ਲੱਗਿਆ ਸ਼ਾਇਦ ਗੱਡੀ 'ਚ ਗੱਡੀ ਜਾ ਕੇ ਲੱਭੀ ਆ, ਗੱਡੀ 'ਚ ਹੈ ਨਹੀਂ ਆ ਯਾਰ। ਜੇਬ 'ਚ ਪਾਈ ਜਦੋਂ ਉੱਥੇ ਡਿੱਗੀ ਆ ਨਾ ਉਹ ਦੁਆਬੇ ਲੱਗੇ, ਉਸ ਤੋਂ ਬਾਅਦ ਮੈਂ ਜੇਬ 'ਚ ਪਾਈ, ਉਸ ਤੋਂ ਬਾਅਦ ਘਰ ਆ ਕੇ ਵੇਖਿਆ, ਸਵੇਰੇ ਉੱਠ ਕੇ ਵੇਖਿਆ ਮੈਂ ਚਲੋ ਸਿਮ ਪਾ ਕੇ ਫੋਨ 'ਚ ਪਾ ਕੇ ਰੱਖਦਾ ਵਾਂ ਦੂਜੇ ਫੋਨ 'ਚ, ਉਹ ਸਿਮ ਨਹੀਂ ਲੱਭੀ ਯਾਰ। ਚੱਲ ਮੈਂ ਆ ਗਿਆ, ਆਪਾਂ ਹੋ ਆਈਏ ਥੋੜ੍ਹੀ ਦੇਰ, ਫਿਰ ਆਪਾਂ ਚੱਲਦੇ ਉੱਧਰ ਜਸ ਦੀ ਪਾਰਟੀ 'ਤੇ। ਸਿਮ ਤੇਰੇ ਕੋਲ ਆ? ਕਿੱਥੇ? ਕੀ ਉਹ ਹਾਂ ਸਿਮ ਤੇਰੇ ਕੋਲ ਆ? ਸਿਮ ਤਾਂ ਮਿਲ ਗਿਆ ਜੀ, ਹੁਣ ਮੈਂ ਜਾ ਰਿਹਾ ਵਾਪਸ ਘਰ, ਜੇ ਵੀਰ ਨੂੰ ਗੱਡੀ ਲੋੜ ਹੈ ਅਤੇ ਬੁਲਟ ਚੱਕਦੇ ਅਤੇ ਫਿਰ ਚੱਲਦੇ ਅੱਗੇ ਜਸ ਦੀ ਬਰਥਡੇ ਪਾਰਟੀ 'ਤੇ। ਹਾਲੇ ਕੇਕ ਵੀ ਲੈਣਾ ਵਾ, ਮੁੰਡੇ ਜਸ ਲਈ ਕੇਕ ਲੈ ਕੇ ਆਏ ਆ ਅਤੇ ਲਿਖਾਇਆ ਕੀ ਉੱਤੇ? ਮਿੱਠੀ ਮਿੱਠੀ
यार चाचा से ना बहुत ज्यादा ओवर खादा गया हूं ना ढिड पीड़ हो रही है ता करके आप बाहर चक्कर मारन आए हैं। हाँ जी की कहना चाहते जी पार्टी का थोड़ा जहा माहौल गर्म हो गया ही ता करके वापस आ चुके हैं। ज्यादा गर्म कर लिया थोड़ा जहा तो चलता ही है यार यार दोस्त चलो इन्ना चलता वा तो हम चलने फैमिली डिनर करने वास्ते जंडियाले वाली साइड चलते हैं कितने कितने करना चाहते दसो देख लेने कोई जिथे जिन्हें बर्गर ना कह दे बर्गर मम्मी कहने बर्गर खान चल दे रात में रात में बर्गर फिर कहते आके दवाई खाने आहो नाल दवाई भी रख लो जो आप डैडी कर देना मैं तो जेवी रहा मम्मी ने उदन ही अगली सवेर आलू वाले परौंठे अज भी ऐदा किया देख लो डाइटिंग कर रहे हैं मन बनाया हीरा दा मैं दो तीन दिन चल वधिया थोड़ा चलता पिया कि ज्यादा भी इको दम प्रोटीन भी मंगा ले सप्लीमेंट सारे मंगा ले की होता है कि कैलोरी डेफिशिएंसी तो इको दम जाओ तो बंदा बीमार हो जाता है वीक हो जाता है तो ये सोचा कि चल स्टेप बाय स्टेप चलते हैं सिरे उड़ते परोठे यार आलू वाले परोठे तो घर दी मक्खनी पई होवे तो कित्थों ना होंदी दसो ਹੁੰਦੀ ਆ ਉਹ ਤੇ ਮੰਮੀ ਨੇ ਪਿਆਰ ਨਾਲ ਲਿਆ ਕੇ ਦੇਣੇ ਪੁੱਤ ਖਾ ਲਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਇੱਕ ਦਿਨ ਨਾ ਕੁਛ ਨਹੀਂ ਹੁੰਦਾ ਇੱਕ ਦਿਨ ਨਾ ਕੁਛ ਨਹੀਂ ਫਿਰ ਇੱਕ ਖਾਧੀ ਮੈਂ ਤੇ ਇੱਕ ਖਾਣੇ ਹੀ ਤੇ ਦੋ ਖਾਧੀਆਂ ਜੇ ਵੀਰ ਨੇ ਦੋ ਖਾਣੇ ਚਾਰ ਖਾਧੀਆਂ ਚਾਰ ਪਰੋਠੇ ਆਲੂ ਵਾਲੇ ਹੁਣ ਹੀ ਕੁਛ ਦੇਖ ਰਹੇ ਲਾਈਟ ਦਾ ਖਾਣੇ ਸਾਰਾ ਸੋੜਾ ਦੇਖਦੇ ਆ ਮੰਮੀ ਹੁਣ ਚਲੋ ਕੁਛ ਨਾ ਕੁਛ ਖਾ ਲੈਣੇ ਯਾਰ ਬੁਲਾਓ ਉਹਨਾਂ ਨੂੰ वापस घर आ चुके हैं जी पार्टी शाडी हो गई आ डिनर हो गया वा होप कर दें कि तुम इतों तक व्लॉग देख लिया होगा जो देख लिया वा तो लाइक कमेंट एंड शेयर जरूर करो तो जे किसी ने पिछले वक्त नहीं देखे जाके जरूर देखियो तो मिलते थानू अगले व्लॉग टिल दैन बाय बाय टेक केयर। तो गाइस जितों एक ब्रांड न्यू एसयूवी इन्हें डिलाइट कॉन्टेस्ट में पार्टिसिपेट करके माई इलेवन सर्कल ऐप डाउनलोड करना बिल्कुल ना भुलना तो जितों सैकेंड प्राइज़ 1 करोड़ का तो थोड़े फर्स्ट वोजर तो मिलेगा तुम्हें 20% एक्सट्रा कैश प्लस 1500 का बोनस कैश सो लिंक तुहानू डिस्क्रिप्शन एंड पिंड कमेंट च मिल जूगा।